ਸਬਸਕ੍ਰਾਈਬ ਕਰੋ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਅਤੇ ਨਾਲ ਹੀ ਬੈੱਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ। ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਸਲੀਨਾ ਸ਼ੈਲੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਸਲੀਨਾ ਸ਼ੈਲੀ ਨੇ ਆਸਟ੍ਰੇਲੀਆ ਵਿੱਚ ਰਹਿੰਦੇ ਸਵਰਨ ਬਰਨਾਲਾ ਅਤੇ ਸੁੱਖੀ ਬਾਲ ਉੱਤੇ ਬਹੁਤ ਸਾਰੇ ਆਰੋਪ ਲਾਏ ਗਏ ਸਨ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਸੁੱਖੀ ਬਾਲ ਉਸਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਸੀ। ਸੁੱਖੀ ਬਾਲ ਮੇਰੇ ਕਮਰੇ 'ਚ ਆਉਂਦੀ ਆ ਅਤੇ ਮੈਂ ਸੁੱਤੀ ਪਈ ਹਾਂ, ਮੇਰਾ ਨੈਕਸਟ ਡੇ ਸ਼ੋਅ ਆ ਅਤੇ ਮੈਨੂੰ ਕੁਛ ਨਹੀਂ ਪਤਾ ਵੀ ਗੱਲ ਕੀ ਹੋਈ ਆ ਕੀ ਨਹੀਂ। ਉਹ ਆਉਂਦੇ ਨੇ ਅਤੇ ਆ ਕੇ ਮੈਨੂੰ ਇੱਕਦਮ ਸੁੱਤੀ ਪਈ ਨੂੰ ਇੱਥੋਂ ਕਾਲਰ ਤੋਂ ਚੱਕ ਕੇ ਮੇਰੇ ਮਤਲਬ ਕੁੱਟਮਾਰ ਸ਼ੁਰੂ ਕਰਤੀ, ਮੇਰੇ ਥੱਪੜ ਲਾਏ ਜੀ ਉਹਨਾਂ ਨੇ ਸੁੱਤੀ ਪਈ ਦੇ। ਸੇਮ ਉਹੀ ਫੇਰ ਹੋ ਗਈ ਜਦੋਂ ਅਸੀਂ ਵਾਪਸ ਆਏ ਤਾਂ ਸਵਰਨ ਨੂੰ ਕਿਹਾ ਜਾ ਰਿਹਾ ਵੀ ਤੂੰ ਸਲੀਨਾ ਨੂੰ ਕਿਉਂ ਬੁਲਾਇਆ। ਯਾਰ ਸਵਰਨ ਨੇ ਉਹ ਸ਼ੋਅ ਕਰਾਏ ਨੇ ਔਜ਼ਨ ਫੈਸਟ ਹੈ ਨਾ, ਅਤੇ ਉਹ ਮੈਨੂੰ ਬੁਲਾਊ ਨਹੀਂ, ਮਤਲਬ ਅਸੀਂ ਇਕੱਠੇ ਸ਼ੋਅ 'ਤੇ ਹਾਂ, ਮੈਨੂੰ ਨਹੀਂ ਬੁਲਾਉਣਗੇ, ਮੈਨੂੰ ਸਮਝਾਉਣਗੇ ਨਹੀਂ ਕੁਛ, ਉੱਥੇ ਐਵੇਂ ਥੋੜ੍ਹੀ ਚੱਲੂਗਾ। ਉਹ ਤੋਂ ਬਾਅਦ ਅਸੀਂ ਇਹਨੇ ਜੀ ਇਹ ਗੱਲਾਂ ਵੱਧਦੀਆਂ ਗਈਆਂ ਤਾਂ ਉਸ ਦਿਨ ਸੁੱਖੀ ਨੇ ਮਤਲਬ ਆਪਦਾ ਸਾਰਾ ਘਰ ਜਮੀ ਖਤਮ ਕਰਤਾ, ਤੋੜਤਾ। ਫੋਨ ਬੜੇ ਆਉਂਦੇ ਹੁੰਦੇ ਸੀ ਇੰਡੀਆ ਤੋਂ, ਮਤਲਬ ਮੈਨੂੰ ਫੇਸਬੁੱਕ 'ਤੇ ਹੈ ਨਾ ਕਈਆਂ ਨੇ ਕਰਨਾ, ਜਿਵੇਂ ਮੈਨੂੰ ਇੱਕ ਮੇਰੇ ਯਾਦ ਹੈ ਇੱਕ ਵਾਰੀ ਮੈਨੂੰ ਹਰਵਿੰਦਰ ਸਿੱਧੂ ਜੀ ਦਾ ਵੀ ਆਇਆ ਸੀ ਪੰਜਾਬ ਰੈਕਰਡ ਤੋਂ ਵੀ ਆਪਾਂ ਜੇ ਤੁਸੀਂ ਕਹੋ ਤਾਂ ਆਪਾਂ ਕੰਮ ਕਰਨਾ, ਤਾਂ ਮੈਂ ਉਹਨਾਂ ਨੂੰ ਵੀ ਇੱਕੋ ਵਰਡਿੰਗ ਕਹੀ ਸੀ ਵੀ ਮੈਨ ਕਿਉਂਕਿ ਮੈਨੂੰ ਸਵਰਨ ਨੇ ਕਿਹਾ ਹੋਇਆ ਸੀ ਵੀ ਜੇ ਤੈਨੂੰ ਕਿਸੇ ਦਾ ਵੀ ਫੋਨ ਆਉਂਦਾ ਤਾਂ ਤੂੰ ਇੱਕ ਗੱਲ ਕਹਿਣੀ ਆ ਵੀ ਮੇਰੇ ਭਾਅ ਜੀ ਨਾਲ ਗੱਲ ਕਰ ਲਓ ਤੁਸੀਂ। ਮੈਂ ਉਸ ਟਾਈਮ 'ਤੇ 18 ਅਤੇ 19 ਦੇ ਵਿਚਕਾਰ ਸੀਗੀ, ਮਤਲਬ ਇੰਨੀ ਵੀ ਕੁਛ ਖਾਸ ਹੁਣ ਮੈਂ ਵੈਸੇ ਨਾਭਾ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਂ ਨਾਭੇ ਤੋਂ ਉੱਥੇ ਗਈ ਹਾਂ ਆਸਟ੍ਰੇਲੀਆ ਐਡੇ ਵੱਡੇ ਸ਼ਹਿਰ 'ਚ, ਅਤੇ ਮਤਲਬ ਮੈਨੂੰ ਜ਼ਿਆਦਾ ਨਹੀਂ ਸੀ ਪਤਾ ਉੱਥੇ ਦਾ, ਅਤੇ ਸਿਡਨੀ ਤਾਂ ਮੈਂ ਜਮੀ ਨਹੀਂ ਸੀ ਕਿਸੇ ਨੂੰ ਜਾਣਦੀ। ਅਤੇ ਜਦੋਂ ਮੇਰੇ ਨਾਲ ਇਹ ਗੱਲ ਹੋਈ ਸਿੱਧੂ ਸਾਹਿਬ ਦਾ ਫੋਨ ਆਇਆ ਵੀ ਆਪਾਂ ਤੁਹਾਨੂੰ ਇੱਦਾਂ ਦਾ ਕੰਮ ਕਰਨਾ, ਮੈਂ ਕਿਹਾ ਭਾਅ ਜੀ ਤੁਸੀਂ ਇੱਕ ਵਾਰੀ ਵੀ ਸਵਰਨ ਭਾਅ ਜੀ ਨਾਲ ਗੱਲ ਕਰ ਲਿਓ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਤੈਨੂੰ ਫੋਨ ਆਉਂਦਾ ਨਾ ਤੂੰ ਮੈਨੂੰ ਦੱਸੀ। ਅਤੇ ਉਹਨਾਂ ਨੇ ਗੱਲ ਕੀਤੀ ਹੋਣੀ ਆ, ਡੋਂਟ ਨੋ ਉਹਨਾਂ ਦੀ ਉਦੋਂ ਕੀ ਗੱਲ ਹੋਈ, ਅਤੇ ਚਲੋ ਉਹ ਮੈਨੂੰ ਮੁੜ ਕੇ ਮੇਰੇ ਨਾਲ ਗੱਲ ਨਹੀਂ ਹੋਈ। ਅਤੇ ਅਸੀਂ ਇੰਡੀਆ ਆ ਗਏ ਜੀ ਸਾਰੇ ਇਕੱਠੇ, ਅਤੇ ਉਦੋਂ ਇੰਡੀਆ ਆਏ ਤਾਂ ਇਹਨਾਂ ਨੇ ਮੈਨੂੰ ਆਪਣੇ ਕੋਲ ਬਰਨਾਲੇ ਰੱਖਿਆ, ਸਵਰਨ ਅਤੇ ਸੁੱਖੀ ਨੇ। ਸਵਰਨ ਬਰਨਾਲਾ ਜਿਹੜਾ ਉਹ ਬੇਸਿਕਲੀ ਬਰਨਾਲੇ ਦਾ, ਅਤੇ ਮੈਂ ਉੱਥੇ ਹੀ ਰਹੀ ਹਾਂ ਉਹਨਾਂ ਕੋਲ ਉਦੋਂ। ਅਤੇ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਡਮੀਜ਼ ਵਗੈਰਾ ਕੀਤੀਆਂ, ਗਾਣੇ ਕੀਤੇ, ਅਤੇ ਮਤਲਬ ਉਦੋਂ ਅਸੀਂ ਕਈ ਚੀਜ਼ਾਂ ਕਰ ਰਹੇ ਸੀ ਕਿਉਂਕਿ ਉਹ ਕਹਿੰਦੇ ਵੀ ਆਪਾਂ ਗਾਣਾ ਕਰਨਾ, ਮੈਂ ਕਿਹਾ ਭਾਜੀ ਇੱਕ ਛੱਡ ਲਓ ਫਿਰ ਉਹ ਤੋਂ ਬਾਅਦ ਨਹੀਂ, ਵੀ ਮੇਰੀ PR ਵੀ ਜ਼ਰੂਰੀ ਆ ਹੈ ਨਾ। ਅਤੇ ਚਲੋ ਅਸੀਂ ਉਹ ਗਾਣੇ ਲਈ ਆਏ ਹੋਏ ਸੀ, ਗਾਣੇ ਡੰਮੀਆਂ ਹੋਈਆਂ, ਬਹੁਤ ਕੁਛ ਹੋਇਆ। ਅਤੇ ਇਹਨਾਂ ਨੇ ਇੱਕ ਦਿਨ ਮਤਲਬ ਮੈਨੂੰ ਕਹਿੰਦੇ ਵੀ ਤੂੰ ਸਾਈਨ ਕਰਨੇ ਨੇ, NOC ਦੇਣੀ ਆ ਸਾਨੂੰ। ਮੈਂ ਕਿਹਾ ਭਾਜੀ ਕਾਹਦੀ, ਇਹ ਸਵਰਨ ਦੀ ਵਰਡਿੰਗ ਆ ਜੀ, ਕਹਿੰਦੇ ਵੀ ਉਹ ਜਿਹੜਾ ਆਪਾਂ ਵੀ ਗਾਣਾ ਲੈਤਾ ਹੈਪੀ ਰਾਏ ਕੋਟੀ ਤੋਂ ਹੈ ਨਾ, ਅਤੇ ਵੀ ਆਪਾਂ ਉਹਦੀ ਵੀ ਆਪਾਂ ਉਹਦੇ ਲਈ ਆਪਾਂ ਸਾਈਨ ਚਾਹੀਦੇ ਨੇ ਸਾਨੂੰ ਤੇਰੇ, ਵੀ ਤਾਂ ਕਿ ਅਸੀਂ ਗਾਣਾ ਚੈਨਲ 'ਤੇ ਚਲਾ ਸਕੀਏ। ਅਤੇ ਉਹ ਤੋਂ ਬਾਅਦ ਜੀ ਜਿਹੜੇ ਉਹ NOC ਸੀ ਹੈ ਨਾ, ਮੈਂ ਉਹ ਸਾਈਨ ਕਰਤੀ। ਬਿਨ ਦੇਖੇ ਅਸੀਂ ਗਏ ਉੱਥੇ ਬਰਨਾਲੇ, ਉਹਦੇ 'ਚ ਕਚਹਿਰੀਆਂ ਦੇ ਬਾਹਰ ਜਿਹੜੇ ਨੋਟਰੀ ਬੈਠੇ ਹੁੰਦੇ ਨੇ, ਅਸੀਂ ਉੱਥੇ ਗਏ ਅਤੇ ਮੈਂ ਫਟਾਫਟ ਜਾ ਕੇ ਸਾਈਨ ਕਰਤਾ ਅਤੇ ਮੈਨੂੰ ਨਾਲ ਦੀ ਨਾਲ ਗੱਡੀ 'ਚ ਫੇਰ ਬਿਠਾਤਾ। ਵੀ ਉਹਨਾਂ ਦੀ ਬੇਟੀ ਦਾ ਨਾਮ ਸੀ ਅਜ਼ਲ, ਵੀ ਅਜ਼ਲ ਗੱਡੀ 'ਚ ਆ ਵੀ ਤੂੰ ਉਹਦੇ ਕੋਲ ਚੱਲ, ਅਸੀਂ ਆਉਂਦੇ ਹਾਂ। ਮੈਂ ਪੇਪਰ ਨਹੀਂ ਪੜ੍ਹੇ ਉਸ ਟਾਈਮ 'ਤੇ ਜੀ ਵੀ ਉਹ ਕੀ ਆ ਕੀ ਨਹੀਂ, ਹੈ ਨਾ। ਮੈਂ ਕਿਉਂਕਿ ਮੈਨੂੰ ਟਰੱਸਟ ਇੰਨਾ ਸੀ ਵੀ ਮੇਰਾ ਇੰਨਾ ਕਰਦੇ ਨੇ ਵੀ ਮੇਰੇ ਨਾਲ ਕਿਹੜਾ ਗੱਲ ਕੁਛ ਗਲਤ ਹੋਊਗਾ, ਮੈਂ ਆ ਗਈ ਜੀ ਕਰਕੇ। ਉਹ ਤੋਂ ਬਾਅਦ ਅਸੀਂ ਵਾਪਸ ਚਲੇ ਗਏ, ਮੈਂ ਇਹਨਾਂ ਤੋਂ ਪਹਿਲਾਂ ਚਲੀ ਗਈ ਸੀ ਕਿਉਂਕਿ ਮੈਨੂੰ ਕਾਲ ਆ ਗਈ ਸੀਗੀ। ਅਤੇ ਉਹ ਤੋਂ ਬਾਅਦ ਅਸੀਂ ਉੱਥੇ ਗਏ ਹਾਂ ਤਾਂ ਮੇਰਾ ਗਾਣਾ ਸ਼ੂਟ ਹੋਇਆ ਸਾਹਾਂ ਵਰਗਾ, ਪਹਿਲਾਂ ਮੈਲਬਰਨ ਹੋਇਆ ਸੀਗਾ, ਉਦੋਂ ਨਹੀਂ ਉਹ ਚਲੋ ਸੈੱਟ ਬੈਠਿਆ, ਉਹ ਸਾਡੀ ਆਪ ਉਹਨਾਂ ਦੀ ਉਹ ਸੀ ਹੈ ਨਾ ਵੀ ਨਹੀਂ ਆਪਾਂ ਨੂੰ ਸਰ ਠੀਕ ਲੱਗ ਰਿਹਾ ਸਟੋਰੀ ਵਾਈਜ਼, ਅਸੀਂ ਫਿਰ ਦੁਬਾਰਾ ਸ਼ੂਟ ਕੀਤਾ ਉਹ ਗਾਣਾ।
ਉਹ ਸਿਡਨੀ ਸ਼ੂਟ ਹੋਇਆ ਸੀਗਾ ਅਤੇ ਚਲੋ ਡਨ ਹੋ ਗਿਆ ਸਾਹਾਂ ਵਰਗਾ ਜੀ ਸਪਟੈਂਬਰ ਦੇ ਐਂਡ 'ਚ ਸ਼ਾਇਦ ਆਇਆ ਸੀਗਾ ਅਤੇ ਉਹ ਗਾਣਾ ਆਊਟ ਹੋ ਗਿਆ ਸਾਰਾ ਕੁਛ ਹੋਇਆ ਉਹ ਆਇਆ ਸੀ ਪੀ ਡਬਲਿਊ ਈ ਤੋਂ ਮੈਂ ਇੰਟਰਵਿਊ ਦੇ ਵਿੱਚ ਕਿਹਾ ਵੀ ਸਵਰਨ ਪ੍ਰੋਡਕਸ਼ਨਸ ਤੋਂ ਆਇਆ ਸੀ ਕਿਉਂਕਿ ਉਦੋਂ ਬੇਸਿਕਲੀ ਉਹ ਮੂੰਹ 'ਤੇ ਚੜ੍ਹੀ ਹੋਈ ਸੀਗੀ ਵੀ ਸਵਰਨ ਪ੍ਰੋਡਕਸ਼ਨ ਆ ਸਵਰਨ ਪ੍ਰੋਡਕਸ਼ਨ ਆ ਉਹ ਮੇਰੇ ਉਹੀ ਉਸ ਦਿਨ ਉਹ ਵੀ ਮੂੰਹ 'ਚੋਂ ਨਿਕਲ ਗਈ ਮੈਂ ਪੀ ਡਬਲਿਊ ਈ ਦਾ ਨਾਮ ਲੈਣਾ ਭੁੱਲ ਗਈ ਉਸ ਦਿਨ ਅਤੇ ਉੱਦਾਂ ਮੈਂ ਉਹਨਾਂ ਨੂੰ ਦੱਸਿਆ ਸੀਗਾ ਵੀ ਪੰਜਾਬੀ ਵਰਲਡ ਐਂਟਰਟੇਨਰਸ ਕਿਉਂਕਿ ਅਸੀਂ ਇੰਟਰਵਿਊ ਤੋਂ ਪਹਿਲਾਂ ਮੇਰਾ ਗਾਣਾ ਦੇਖਿਆ ਸੀ ਸਾਹਾਂ ਵਰਗਾ ਉਹਦੇ 'ਤੇ ਅਤੇ ਚਲੋ ਮੈਂ ਸਵਰਨ ਪ੍ਰੋਡਕਸ਼ਨ ਦਾ ਉਦੋਂ ਕਿਹਾ ਹੈ ਨਾ ਅਤੇ ਉਹ ਗਾਣਾ ਹੋ ਗਿਆ ਆਊਟ ਅਤੇ ਉਸੇ ਗਾਣੇ ਤੋਂ ਹਫ਼ਤੇ ਬਾਅਦ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀਗੀ ਮੇਰੇ ਰੀਅਲ ਬ੍ਰਦਰ ਦੀ ਅਤੇ ਜਿਹੜੀ ਉਹ ਗਾਣੇ ਦੀ ਲਾ ਲਓ ਵੀ ਕੋਈ ਉਹ ਸੀਗੀ ਪ੍ਰਮੋਸ਼ਨ ਵਗੈਰਾ ਉਹ ਕੀਤੀ ਨਹੀਂ ਅਸੀਂ ਪ੍ਰੋਪਰ ਉੱਥੇ ਹੀ ਚੜ੍ਹਤੀ ਸੀ ਕਿਉਂਕਿ ਆਈ ਵਾਜ਼ ਸੋ ਅਪਸੈਟ ਐਟ ਦੈਟ ਟਾਈਮ ਉਹ ਤੋਂ ਬਾਅਦ ਦਸੰਬਰ ਦੇ ਵਿੱਚ ਦਸੰਬਰ ਤੋਂ ਪਹਿਲਾਂ ਸਾਡੀ ਉੱਥੇ ਮਤਲਬ ਵਧੀਆ ਨਹੀਂ ਸੀ ਚੱਲ ਰਿਹਾ ਆਪਸੀ ਹੈ ਨਾ ਅਤੇ ਕਿਸੇ ਗੱਲ ਨੂੰ ਲੈ ਕੇ ਆਈ ਥਿੰਕ ਫੋਨ ਵਾਲੀ ਗੱਲ ਸੀਗੀ ਉਹ ਇੱਕ ਫੋਨ ਮਤਲਬ ਮੈਂ ਮੇਰੇ ਕੋਲ ਮੇਰਾ ਫੋਨ ਨਹੀਂ ਸੀਗਾ ਮੇਰਾ ਫੋਨ ਟੁੱਟ ਗਿਆ ਸੀਗਾ ਜਿਹੜੀ ਜਦੋਂ ਮੈਂ ਅਸੀਂ ਇੰਡੀਆ ਗਏ ਹਾਂ ਉਹ ਤੋਂ ਪਹਿਲਾਂ ਦੀ ਗੱਲ ਹੈ ਇਹ ਜਿਹੜੀ ਸਾਡੀ ਫਾਈਟ ਹੋਈ ਸੀ ਨਾ ਉਹਦੇ ਵਿੱਚ ਉਹ ਫੋਨ ਟੁੱਟ ਗਿਆ ਸੀਗਾ ਅਤੇ ਮੇਰੇ ਕੋਲ ਕਿੰਨੇ ਟਾਈਮ ਤੋਂ ਉਹ ਫੋਨ ਹੀ ਨਹੀਂ ਸੀਗਾ ਮੇਰਾ ਉਹਦਾ ਅਤੇ ਮੈਨੂੰ ਹੁਣ ਅਸੀਂ ਇੰਡੀਆ ਵੀ ਜਾਏ ਸੀ ਇੰਡੀਆ ਜਾ ਕੇ ਮੈਂ ਮੇਰੇ ਡੈਡ ਦਾ ਫੋਨ ਲੈਤਾ ਸੀ ਜਦੋਂ ਅਸੀਂ ਉਹ NOC ਸਾਈਨ ਕਰਕੇ ਆਏ ਹਾਂ ਸਾਹ ਵਰਗੇ ਦੀ ਅਤੇ ਉੱਥੋਂ ਮੈਂ ਆ ਗਈ ਮੇਰੇ ਕੋਲ ਫੋਨ ਨਹੀਂ ਸੀਗਾ ਅਤੇ ਉੱਥੋਂ ਆ ਕੇ ਫਿਰ ਮੈਂ ਇੱਕ ਆਹੀ ਸਾਹ ਵਰਗੇ ਦੇ ਵੇਲੇ ਮੈਂ ਅਸੀਂ ਉਹ ਤੋਂ ਬਾਅਦ ਇੱਕ ਮੈਂ ਇੱਕ ਫੋਨ ਲੈਤਾ ਸੀਗਾ ਮਤਲਬ ਮੈਨੂੰ ਇਹਨਾਂ ਨੇ ਦਵਾਇਆ ਸੀ ਹੈ ਨਾ ਸਵਰਨ ਨੇ ਦਵਾਇਆ ਸੀ ਔਨਲਾਈਨ ਅਤੇ ਉਹ ਫੋਨ ਮੈਂ ਯੂਜ਼ ਕਰ ਰਹੀ ਸੀਗੀ ਅਤੇ ਮੇਰਾ ਇਹਨਾਂ ਨੂੰ ਜਿਹੜਾ ਫੋਨ ਸੀ ਮੇਰਾ ਟੁੱਟਿਆ ਸੀਗਾ ਜੀ ਉਹ ਉੱਥੇ ਠੀਕ ਹੋ ਕੇ ਆ ਗਿਆ ਸੀ ਉਸ ਟਾਈਮ ਅਤੇ ਜਦੋਂ ਆਇਆ ਤਾਂ ਸਵਰਨ ਮੈਨੂੰ ਕਹਿੰਦੇ ਵੀ ਮੈਨੂੰ ਫੋਨ ਚਾਹੀਦਾ ਪੁੱਤ ਜਿਹੜਾ ਤੇਰੇ ਕੋਲ ਆ ਮੈਂ ਕਿਹਾ ਭਾਅ ਜੀ ਵੀ ਮੈਨੂੰ ਠੀਕ ਕਰ ਵੀ ਮੇਰੇ ਉਹਦੇ ਵਿੱਚ ਉਹ ਆ ਸਟਾਫ ਪਿਆ ਮੈਨੂੰ ਕਾਪੀ ਕਰ ਲੈਣ ਦਿਉ ਉਹ ਤੋਂ ਬਾਅਦ ਤੁਸੀਂ ਲੈ ਲਿਓ ਅਤੇ ਹੀ ਸੈਡ ਕਿ ਮੇਰਾ ਪੁੱਤ ਫੋਨ ਖਰਾਬ ਆ ਅਤੇ ਮੈਂ ਕਿਹਾ ਵੀ ਮੇਰੀ ਪ੍ਰਾਈਵੇਟ ਚੀਜ਼ਾਂ ਨੇ ਉਹਦੇ 'ਚ ਫਿਰ ਵੀ ਮੈਨੂੰ ਇੱਕ ਵਾਰੀ ਖਾਲੀ ਕਰਕੇ ਵੀ ਫਿਰ ਮੈਂ ਆਫਟਰ ਦੈਟ ਤੁਹਾਨੂੰ ਦੇ ਦੂੰਗੀ ਹੈ ਨਾ ਉਸ ਦਿਨ ਜੀ ਮਤਲਬ ਸਵਰਨ ਤਾਂ ਕਹਿੰਦਾ ਠੀਕ ਆ ਵੀ ਕੋਈ ਨਹੀਂ ਤੂੰ ਕਰਕੇ ਦੇ ਦੀ ਤੁਸੀਂ ਮਤਲਬ ਮੇਰਾ ਫੋਨ ਆ ਨਾ ਅਤੇ ਮੇਰੀਆਂ ਉਹਦੇ 'ਚ ਪ੍ਰਾਈਵੇਟ ਚੀਜ਼ਾਂ ਨੇ ਮੈਂ ਐਵੇਂ ਕਿਵੇਂ ਦੇ ਦਾਂ ਫੋਨ ਮੈਂ ਖਾਲੀ ਕਰਕੇ ਦੇ ਦਿੰਦੀ ਐਡਾ ਇਸ਼ੂ ਵੀ ਨਹੀਂ ਸੀ ਕੋਈ ਉਹ ਤੋਂ ਬਾਅਦ ਅਸੀਂ ਇਹਨਾਂ ਨੇ ਜੀ ਉਹ ਸੁੱਖੀ ਸਵਰਨ ਇਹ ਦੋਵੇਂ ਘਰੇ ਸੀਗੇ ਅਤੇ ਸਵਰਨ ਨੇ ਮਤਲਬ ਇਹਦੇ ਸਾਹਮਣੇ ਮੈਨੂੰ ਕਿਹਾ ਵੀ ਪੁੱਤ ਵੀ ਫੋਨ ਮੈਨੂੰ ਦੇ ਦੀ ਖਾਲੀ ਕਰਕੇ ਮੈਂ ਕਿਹਾ ਠੀਕ ਆ ਐਂਡ ਸ਼ੀ ਸੈਡ ਕਿ ਨਹੀਂ ਤੂੰ ਫੋਨ ਹੁਣੇ ਦੇ ਐਡਾ ਕੀ ਆ ਤੂੰ ਲੋਕ ਲਾ ਕੇ ਦੇ ਦੇ ਮੈਂ ਕਿਹਾ ਵੀ ਦੀਦੀ ਲੋਕ ਵੀ ਟੁੱਟ ਜਾਂਦੇ ਨੇ ਮੈਨੂੰ ਨਹੀਂ ਟਰੱਸਟ ਹੈਗਾ ਕਿਉਂਕਿ ਮੇਰਾ ਫੋਨ ਆ ਨਾ ਪਰਸਨਲ ਹੀ ਚੀਜ਼ ਹੁੰਦੀ ਆ ਆਪਣੀ ਅਤੇ ਕਹਿੰਦੇ ਵੀ ਨਹੀਂ ਤੂੰ ਫੋਨ ਦੇ ਮੈਂ ਮਤਲਬ ਉਦੋਂ ਉਹ ਖਿੱਚ ਤੂੰ ਸ਼ੁਰੂ ਹੋ ਗਈ ਮੇਰਾ ਫੋਨ ਮਤਲਬ ਇਹ ਖਿੱਚਣ ਲੱਗ ਗਏ ਹੈ ਨਾ ਉਹ ਖਿੱਚ ਤੂੰ ਦੇ ਵਿੱਚ ਜੀ ਅਸੀਂ ਸੁੱਖੀ ਮੇਰੇ ਨਾਲ ਮਤਲਬ ਖਿੱਚ ਤੂੰ ਕਰ ਰਹੀ ਸੀ ਅਤੇ ਅਸੀਂ ਵਾਸ਼ਰੂਮ ਦੇ ਵਿੱਚ ਮੈਂ ਚਲੀ ਗਈ ਮੇਰਾ ਹੱਥ ਇੱਦਾਂ ਕਰਕੇ ਉਹਦੇ 'ਤੇ ਸੀਗਾ ਆਪਣੇ ਸਿੰਕ 'ਤੇ ਅਤੇ ਉਹ ਜਦੋਂ ਧੱਕਾ ਮੁੱਕੀ ਹੋ ਰਹੀ ਸੀ ਅਤੇ ਉਹਨੂੰ ਉਸ ਟਾਈਮ 'ਤੇ ਉਹ ਛੁਡਾ ਵੀ ਰਹੇ ਸੀ ਮੈਨੂੰ ਸਵਰਨ ਦੀ ਭਾਣਜੀ ਉਹ ਦੋਵੇਂ ਜਾਣੇ ਛੁਡਾ ਰਹੇ ਸੀ ਵੀ ਤੁਸੀਂ ਰਹਿਣ ਦਿਉ ਅਤੇ ਮੈਂ ਮਤਲਬ ਮੇਰਾ ਉਹ ਹੱਥ ਸਲਿੱਪ ਹੋਇਆ ਅਤੇ ਮੈਂ ਨਾ ਇੱਕਦਮ ਹੱਥ ਸਲਿੱਪ ਹੋਇਆ ਤਾਂ ਮੈਂ ਟੱਬ ਦੇ ਵਿੱਚ ਗਿਰ ਗਈ ਬਾਥ ਟੱਬ ਦੇ ਵਿੱਚ ਬਾਥ ਟੱਬ 'ਚ ਗਿਰੀ ਤਾਂ ਮੇਰੇ ਇੱਥੇ ਟੈਪ ਵੱਜੀ ਅਤੇ ਮੇਰੇ ਆਹ ਚੀਜ਼ 'ਤੇ ਮੇਰੇ ਨਹੁੰ ਵਗੈਰਾ ਨਾ ਉਹਦੇ ਇੱਥੇ ਮਤਲਬ ਝਰੀਟਾਂ ਦੇ ਨਿਸ਼ਾਨ ਕਈ ਸੱਟਾਂ ਵੱਜੀਆਂ ਉਸ ਦਿਨ ਅਤੇ ਮੈਂ ਉਹ ਫੋਨ ਉਦੋਂ ਮਤਲਬ ਮੇਰੀ ਇੰਨੀ ਜ਼ਿਆਦਾ ਮਤਲਬ ਮੈਨੂੰ ਕੁੱਟਮਾਰ ਹੋ ਰਹੀ ਸੀ ਮੈਂ ਫੋਨ ਸਿੱਟ ਕੇ ਨਾ ਮੈਂ ਭੱਜ ਗਈ ਉੱਥੋਂ ਅਤੇ ਮੇਰੇ ਕੋਲ ਉਸ ਟਾਈਮ ਕੁਛ ਨਹੀਂ ਸੀਗਾ ਮੈਂ ਸਿੱਧੀ ਗਈ ਜੀ ਪੁਲਿਸ ਸਟੇਸ਼ਨ ਮਤਲਬ ਮੈਂ ਇੰਨੀ ਕੁ ਜ਼ਿਆਦਾ ਅੱਕ ਗਈ ਸੀ ਉੱਥੋਂ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਰਹਿਣਾ ਨਹੀਂ ਮੈਨੂੰ ਇੱਥੋਂ ਜਾਣ ਦਿਉ ਅਤੇ ਮੈਂ ਉੱਥੋਂ 18 ਜਾਂ 19 ਦਸੰਬਰ ਨੂੰ ਉੱਥੋਂ ਆ ਗਈ ਸੀਗੀ ਅਤੇ 17 ਦਸੰਬਰ ਮੇਰੇ ਕੋਲ ਪਾਸਪੋਰਟ ਪਿਆ ਅਤੇ ਇਹਦੇ 'ਤੇ 17 ਦਸੰਬਰ ਦੀ ਉਹ ਲੱਗੀ ਹੋਈ ਆ ਮੋਹਰ ਇਹ ਮੈਂ ਤਾਂ ਦਿਖਾ ਰਹੀ ਹਾਂ ਕਿਉਂਕਿ ਬਹੁਤ ਲੋਕਾਂ ਨੂੰ ਵਹਿਮ ਆ ਕਿ ਮੈਨੂੰ ਡਿਪੋਰਟ ਕੀਤਾ ਗਿਆ ਮੈਂ ਖੁਦ ਛੱਡ ਕੇ ਆਈ ਹਾਂ ਆਸਟ੍ਰੇਲੀਆ ਕਿਉਂਕਿ ਮੇਰੇ ਕੋਲ ਹੋਰ ਆਪਸ਼ਨ ਨਹੀਂ ਸੀਗੀ
ਜੇ ਮੈਂ ਉਹਨਾਂ ਦਾ ਘਰ ਛੱਡਦੀ ਸੀ ਤਾਂ ਮੈਨੂੰ ਬਲੈਕਮੇਲ ਕੀਤਾ ਜਾਂਦਾ ਸੀ ਵੀ ਤੂੰ ਇੱਥੋਂ ਜਾ ਰਹੀ ਆ ਅਤੇ ਤੂੰ ਸਾਡੀ ਬੇਇੱਜ਼ਤੀ ਕਰਾਏਂਗੀ। ਦਾ ਕੈਂਸਲੇਸ਼ਨ ਡੇਟ 19 ਫਰਵਰੀ 2016। ਬੇਸਿਕਲੀ ਡਿਪੋਰਟ ਨਹੀਂ ਕੀਤਾ ਗਿਆ ਮੇਰਾ, ਬਾਅਦ 'ਚ ਵੀਜ਼ਾ ਕੈਂਸਲ ਹੋਇਆ ਮੇਰੇ ਖੁਦ ਛੱਡਣ ਤੋਂ ਬਾਅਦ ਆਸਟ੍ਰੇਲੀਆ। ਮੈਂ 17 ਦਸੰਬਰ ਨੂੰ ਛੱਡਿਆ ਸੀ ਅਤੇ 19 ਫਰਵਰੀ 2016 ਨੂੰ ਮੇਰਾ ਵੀਜ਼ਾ ਕੈਂਸਲ ਹੋਇਆ। ਉਦੋਂ ਪਤਾ ਨਹੀਂ ਸਮਝੌਤੇ ਵਾਲਿਆਂ ਨੇ, ਪਤਾ ਨਹੀਂ ਉਦੋਂ ਰੱਬ ਜਾਣਦਾ ਕਿਹਨੇ ਇਹਨਾਂ ਨੂੰ ਕਹਿਤਾ ਵੀ ਮੈਂ ਕੇਸ ਕਰਨ ਲੱਗੀ ਹਾਂ। ਈਵਨ ਇਹੋ ਜਿਹਾ ਕੁਛ ਹੈ ਵੀ ਨਹੀਂ ਸੀਗਾ ਉਦੋਂ, ਇਹਨਾਂ ਨੇ ਉਲਟਾ ਮੇਰੇ 'ਤੇ ਹੀ ਕੇਸ ਕਰਤਾ ਬਰਨਾਲਾ ਕੋਰਟ 'ਚ। ਜਿਹੜੀ ਮੈਂ ਉਹ ਐੱਨ ਓ ਸੀ ਸਾਈਨ ਕੀਤੀ ਸੀ ਉਹ ਐੱਨ ਓ ਸੀ ਨਹੀਂ ਸੀ, ਉਹ ਪੇਪਰ ਸੀਗੇ ਐਗਰੀਮੈਂਟ ਵਾਲੇ। ਉਹ ਜਸਟ ਬਿਕੋਜ਼ ਮੈਨੂੰ ਇਹਨਾਂ 'ਤੇ ਟਰੱਸਟ ਸੀਗਾ, ਬਹੁਤ ਜ਼ਿਆਦਾ ਟਰੱਸਟ ਸੀਗਾ, ਪੇਪਰ ਸਾਈਨ ਕਰਾਈ ਮੈਂ ਤੋਂ। ਫਿਰ ਇੱਕ ਇਹਨਾਂ ਦੇ ਆਪਣੇ ਕਲੋਜ਼ ਨੇ ਫਰੈਂਡ ਸਵਰਨ ਉਹਨਾਂ ਦੇ, ਡਾਕਟਰ ਜਗਮੀਤ, ਉਹ ਸਾਡੇ ਜਦੋਂ ਮੇਰੇ 'ਤੇ ਇਹਨਾਂ ਨੇ ਕੇਸ ਕੀਤਾ ਉਹ ਵਿੱਚ ਪਏ ਇੱਕ ਵਾਰੀ, ਕਹਿੰਦੇ ਵੀ ਚੱਲ ਜੇ ਨਿਬੜਦਾ ਵੀ ਆਪਾਂ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਵੀ ਆਪਾਂ ਵੀ ਫਿਨਿਸ਼ ਕਰ ਦਿੰਦੇ ਹਾਂ ਨਾ, ਵੀ ਗੱਲ ਹੀ ਖਤਮ ਕਰ ਲੈਂਦੇ ਆਪਾਂ, ਕਾਹਨੂੰ ਕੇਸ ਦੱਬ ਜਾਣਗੇ। ਅਤੇ ਉੱਥੇ ਜੀ ਇੱਕ ਐਫੀਡੈਵਿਟ ਤਿਆਰ ਹੋਇਆ ਉਸ ਦਿਨ, ਜਿਸ 'ਤੇ ਲਿਖਿਆ ਗਿਆ ਸੀ ਵੀ ਜਿਹੜਾ ਉਹ ਐਗਰੀਮੈਂਟ ਆ ਉਹ ਦੁਬਾਰਾ ਹੋਊਗਾ ਫਰਵਰੀ 2017 ਦੇ ਵਿੱਚ ਜਦੋਂ ਇਹ ਇੰਡੀਆ ਆਉਣਗੇ, ਅਤੇ ਉਦੋਂ ਤੱਕ ਇਹ ਐਗਰੀਮੈਂਟ ਚੱਲੂਗਾ ਅਤੇ ਕੋਈ ਕਿਸੇ ਦੀ ਪਰਸਨਲ ਲਾਈਫ 'ਚ ਇੰਟਰਫੇਅਰ ਨਹੀਂ ਕਰੂਗਾ ਅਤੇ ਇਹ ਦੋਵੇਂ ਮੇਰੇ ਨਾਲ ਗੱਲ ਨਹੀਂ ਕਰਨਗੇ। ਇੱਕ ਵਿਚਾਰਲਾ ਬੰਦਾ ਲਾਈਕ ਮੈਨੇਜਰ ਉਹ ਮੇਰਾ ਕੰਮ ਸਾਂਭੂਗਾ। ਉਦੋਂ ਜੀ ਉਹ ਜਿਹੜਾ ਐਫੀਡੈਵਿਟ ਸੀ ਇਹ ਉਦੋਂ ਵੀ ਭੱਜ ਗਏ, ਕਹਿੰਦੇ ਅਸੀਂ ਨਹੀਂ ਕਰਨਾ, ਕੰਮ ਨਹੀਂ ਕਰਦੇ ਅਸੀਂ, ਇੰਡੀਆ ਆਉਣਾ ਤਾਂ ਦੂਰ ਦੀ ਗੱਲ ਆ। ਚਲੋ ਕੇਸ ਕੰਟੀਨਿਊ ਹੋਇਆ ਜਿਹੜਾ ਇਹਨਾਂ ਨੇ ਮੇਰੇ 'ਤੇ ਕੀਤਾ ਸੀਗਾ, ਜਿੰਨੇ ਕੀਤੇ ਹੋਏ ਸੀ ਨਾ, ਮੈਂ ਮਤਲਬ ਮੇਰੇ ਪਾਪਾ ਨਾਲ ਜਾਂਦੀ ਰਹੀ ਹਾਂ ਉੱਥੇ ਥਾਣਿਆਂ ਦੇ ਵਿੱਚ, ਕਦੇ ਕਿਤੇ ਕੇਸ ਹੋ ਰਿਹਾ ਕਦੇ ਕਿਤੇ ਕਦੇ ਬਰਨਾਲੇ, ਮਤਲਬ ਸਾਰਾ ਸਾਰਾ ਦਿਨ ਬਹਿ ਕੇ ਉੱਥੇ ਆਪਦੀ ਭੁਗਤਾ ਕੇ ਆਉਂਦੀ ਹੁੰਦੀ ਸੀ ਆਪਦੀ ਬਾਰੀ। ਗੱਲ ਕਿ ਸਾਡੇ ਕੋਲ ਬੌਂਡ ਆ ਯਾਰ, ਤੁਸੀਂ ਬੌਂਡ ਕੀਤਾ ਪਹਿਲੀਆਂ 'ਚ ਤਾਂ ਤੁਸੀਂ ਮੈਨੂੰ ਧੋਖੇ ਨਾਲ ਬੌਂਡ ਕੀਤਾ, ਤੁਸੀਂ ਮੁੱਲ ਥੋੜ੍ਹੀ ਖਰੀਦ ਲਿਆ ਮੈਨੂੰ ਆਪਦੇ ਕੋਲ, ਵੀ ਮੈਂ ਉੱਥੇ ਸਾਰਾ ਦਿਨ ਉੱਥੇ ਬਹਿ ਕੇ ਮੁੜ ਕੇ ਆ ਰਹੀ ਹਾਂ। ਫਿਰ ਜਿਹੜਾ ਸਾਡਾ ਕੇਸ ਸੀਗਾ ਉਹ ਕੰਟੀਨਿਊ ਹੋਇਆ ਅਤੇ ਉਹ ਕੇਸ ਦੀ ਜਿਹੜੀ ਮਤਲਬ ਉਹ ਸੀਗੀ ਰਿਜ਼ਲਟ ਆਉਣਾ ਸੀ ਜਿਸ ਦਿਨ, ਉਹ ਮੇਰੇ ਹੱਕ 'ਚ ਹੋ ਗਿਆ। ਹੁਣ ਮਤਲਬ ਮੈਨੂੰ ਇਹ ਵੀ ਸੁਣਨ 'ਚ ਆ ਰਿਹਾ, ਮੈਨੂੰ ਲੋਕ ਕਹਿ ਰਹੇ ਨੇ ਵੀ ਤੁਹਾਡੇ ਹੱਕ 'ਚ ਹੈ ਨਹੀਂ, ਤੁਸੀਂ ਝੂਠ ਬੋਲਦੇ ਹੋ, ਇਹ ਜਿਹੜਾ ਕੇਸ ਆ ਜੀ ਇਹ ਔਨਲਾਈਨ ਪਿਆ। ਹੁਣ ਇੱਕ ਕੇਸ ਆ ਲੋਅਰ ਕੋਰਟ ਦੇ ਆ, ਇਸ ਟਾਈਮ ਅਪੀਲ ਪਾਈ ਹੋਈ ਆ ਫਿਰ ਵੀ ਸਾਡੀ ਸੁਣਵਾਈ ਫਿਰ ਸੁਣੀ ਜਾਵੇ, ਹੈ ਨਾ, ਵੀ ਅਸੀਂ ਉਹ ਮਤਲਬ ਉਹ ਜੱਜਮੈਂਟ ਤੋਂ ਖੁਸ਼ ਨਹੀਂ ਹੈਗੇ। ਹੁਣ ਸੈਸ਼ਨ ਜੱਜ ਦੇ ਪਾਈ ਹੋਈ, ਉੱਥੇ ਕੋਈ ਬੈਠਿਆ ਨਹੀਂ ਹਲੇ, ਹੁਣ ਬੈਠੇ ਨੇ ਉਹਦੀ ਨੈਕਸਟ ਮੰਥ ਸ਼ਾਇਦ ਉਹਦੀ ਉਹ ਆ ਡੇਟ ਆ। ਜਿਹੜੀ ਉਹ ਜੱਜਮੈਂਟ ਸੀਗੀ ਉਹ ਮੇਰੇ ਕੋਲ ਆ, ਮੈਂ ਤੁਹਾਨੂੰ ਉਹ ਵੀ ਦੱਸ ਦਿੰਦੀ ਹਾਂ ਵੀ ਉਹਦੇ 'ਚ ਐਂਡ 'ਤੇ ਇਹ ਲਿਖਿਆ ਗਿਆ ਸੀ ਬਕਾਇਦਾ ਵੀ ਜਿਹੜਾ ਇਹ ਕੋਂਟਰੈਕਟ ਹੈ ਇਹ ਵਿਦਆਊਟ ਕੰਸੀਡਰੇਸ਼ਨ ਹੋਇਆ ਵਿਆ, ਅਤੇ ਇਹ ਕੋਂਟਰੈਕਟ ਲਾਅ ਦੇ ਅਕੋਰਡਿੰਗ ਮੰਨਿਆ ਨਹੀਂ ਜਾਂਦਾ। ਫਿਰ ਉਹਦੇ 'ਚ ਲਿਖਿਆ ਵੀ ਜਿਹੜਾ ਇਹਨਾਂ ਨੇ ਸਾਤੋਂ ਵੀ ਇਹਨਾਂ ਨੇ ਸਟੇਅ ਮੰਗੀ ਆ, ਸਵਰਨ ਹੋਣਾ ਨੇ ਕੋਰਟ 'ਚ ਸਟੇਅ ਮੰਗੀ ਸੀ ਵੀ ਮੈਂ ਕਿਤੇ ਵੀ ਗਾਵਾਂ ਨਾ, ਕਿਸੇ ਕੰਪਨੀ ਨਾਲ ਕੰਮ ਨਾ ਕਰਾਂ, ਉਹ ਇਹਨਾਂ ਦੀ ਸਟੇਅ ਡਿਸਮਿਸ ਹੋ ਗਈ। ਮੈਂ ਲੱਗਦਾ ਇਹ 'ਚ ਲਿਖਿਆ ਵੀ ਸੀ ਉਹਨਾਂ ਨੇ ਵੀ ਅਸੀਂ ਡਿਸਮਿਸ ਕਰ ਰਹੇ ਹਾਂ। ਅਤੇ ਇਹਨਾਂ ਤੋਂ ਇੱਕ 8 ਗਾਣਿਆਂ ਦੇ ਪਰੂਫ ਮੰਗੇ ਸੀ, ਲਾਈਕ ਇਹ ਕਹਿੰਦੇ ਨੇ ਵੀ ਅਸੀਂ ਡਮੀਜ਼ ਕੀਤੀਆਂ ਨੇ ਗਾਣੇ ਕੀਤੇ, ਹੈ ਨਾ, ਉਹ ਸਾਰੇ 8 ਗਾਣਿਆਂ ਦੇ ਪਰੂਫ ਮੰਗੇ ਸੀਗੇ ਜੱਜ ਨੇ, ਇਹ ਉਹ ਦਿਖਾਉਣ ਤੋਂ ਵੀ ਉਹ ਮਤਲਬ ਫੇਲ ਹੋ ਗਏ, ਇਹਨਾਂ ਨੇ ਦਿਖਾਏ ਨਹੀਂ ਹੈਗੇ। ਮੈਂ ਮੇਰਾ ਗਾਣਾ ਹੁਣ ਖੁਦ ਕਰ ਰਹੀ ਹਾਂ, ਅਤੇ ਕਿਉਂਕਿ ਕੋਈ ਕਰ ਨਹੀਂ ਰਿਹਾ, ਅਤੇ ਮੈਨੂੰ ਕਿਸੇ ਨੇ ਇਹ ਵੀ ਗੱਲ ਕਹੀ ਵੀ ਤੁਹਾਡੇ ਕਰੈਕਟਰ ਬਾਰੇ, ਹੈ ਨਾ, ਵੀ ਉਹ ਤਾਂ ਕੁਛ ਹੋਰ ਕਹਿ ਰਹੇ ਨੇ, ਮਤਲਬ ਆਸਕ ਸਵਰਨ ਬਰਨਾਲਾ, ਆਈ ਵਾਜ਼ ਸੋ ਕਲੋਜ਼ ਟੂ ਹਿਮ, ਮੇਰੇ ਮਤਲਬ ਮੈਂ ਇੱਕ ਫਾਦਰ ਅਤੇ ਡਾਟਰ ਦਾ ਜੋ ਰਿਸ਼ਤਾ ਹੁੰਦਾ ਉਹ ਸੀ ਸਾਡੇ ਦੇ ਵਿੱਚ, ਸਾਡੇ ਦੋਵਾਂ ਦੇ ਵਿੱਚ ਮੈਨੂੰ ਪਤਾ ਹੁੰਦਾ ਸੀ ਵੀ ਮੇਰੇ ਪਿੱਛੇ ਭਾਅ ਜੀ ਖੜ੍ਹੇ ਨੇ, ਕੋਈ ਚੱਕਰ ਨਹੀਂ ਹੈਗਾ, ਮੈਂ ਇੰਨੀ ਕੁ ਜ਼ਿਆਦਾ ਰਿਸਪੈਕਟ ਕਰਦੀ ਸੀ ਤੁਹਾਡੀ।
ਤੇ ਤੁਸੀਂ ਕੀ ਮੇਰੇ ਨਾਲ ਕੀਤਾ ਕੀ ਫਿਰ ਉਹਦੇ 'ਚ ਉਹਦੇ ਵੰਡੇ 'ਚ ਕੀਤਾ ਕੀ ਆ ਮੇਰੇ ਨਾਲ ਧੋਖੇ ਨਾਲ ਸਾਈਨ ਉਹ ਵੀ 7 ਸਾਲ ਲਈ ਮੈਂ ਭੱਜੀ ਜਾ ਰਹੀ ਸੀ ਕਿਤੇ ਮੈਂ ਤਾਂ ਬੈਠੀ ਸੀ ਤੁਹਾਡੇ ਘਰ ਰਹਿ ਰਹੀ ਸੀ ਮੈਨੂੰ ਦੱਸ ਕੇ ਸਾਈਨ ਕਰ ਲੈਂਦੇ ਤੁਸੀਂ ਜੇ ਦੇਖ ਰਹੇ ਹੋ ਤਾਂ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਤੁਹਾਡਾ ਮਤਲਬ ਮੈਂ ਕਿਸੇ ਦਾ ਕਰੈਕਟਰ ਨਹੀਂ ਬੇਸਿਕਲੀ ਉਛਾਲ ਰਹੀ ਬਟ ਮੈਂ ਤੁਹਾਡੇ 'ਤੇ ਵੀ ਕੇਸ ਕਿਉਂ ਨਹੀਂ ਕਦੇ ਕੀਤਾ ਕਿਉਂਕਿ ਤੁਹਾਡੀਆਂ ਆਪਣੀਆਂ 4-5 ਭਤੀਜੀਆਂ ਨੇ ਮੈਂ ਨਹੀਂ ਸੀ ਚਾਹੁੰਦੀ ਜੇ ਮੈਂ ਤੁਹਾਡੇ 'ਤੇ ਕੇਸ ਕਰੂੰਗੀ ਤਾਂ ਉਹ ਵਿਚਾਰੀਆਂ ਪੁਲਿਸ ਥਾਣੇ ਜਾਣਗੀਆਂ ਮੇਰੇ ਨਾਲ ਤਾਂ ਜੋ ਹੋਣਾ ਸੀ ਹੋ ਗਿਆ ਉਹ ਉਹਨਾਂ ਨੇ ਅੱਗੇ ਕਿਸੇ ਦੇ ਘਰ ਜਾਣਾ ਮੈਂ ਪੁਲਿਸ ਸਟੇਸ਼ਨ ਕੋਈ ਰਿਪੋਰਟ ਕਰਦੀ ਬੁਲਾਉਣਾ ਤੁਹਾਡੇ ਘਰਦਿਆਂ ਨੂੰ ਸੀ ਉਹਨਾਂ ਨੇ ਉਹ ਵਿਚਾਰੀਆਂ ਕਿੱਥੇ ਤੁਹਾਡੀ ਭਾਬੀ ਤੁਹਾਡੇ ਬ੍ਰਦਰ ਦੀ ਡੈਥ ਹੋਈ ਵੀ ਆ ਤੁਹਾਡੀ ਭਾਬੀ ਕਿੱਥੇ ਵਿਚਾਰੀ ਉੱਥੇ ਗੇੜੇ ਲਾਉਂਦੀ ਫਿਰਦੀ ਪਬਲੀਕਲੀ ਸਟੰਡ ਨਹੀਂ ਹੈਗਾ ਇਹ ਮੇਰੀ ਆਪਦੀ ਰੀਅਲ ਸਟੋਰੀ ਆ ਜੋ ਮੇਰੇ ਨਾਲ ਹੋਇਆ ਤੁਸੀਂ ਜਿਵੇਂ ਸਪੋਰਟ ਕਰ ਰਹੇ ਸੀਗੇ ਮੈਨੂੰ ਉਵੇਂ ਹੀ ਕਰਦੇ ਰਹੋ ਆ ਸਾਰਾ ਸੁਣਨ ਤੋਂ ਬਾਅਦ ਪਲੀਜ਼ ਕਿਸੇ ਉਹਦੇ 'ਤੇ ਆਇਓ ਕੰਕਲੂਜਨ 'ਤੇ ਆਇਓ ਵੀ ਆਪਾਂ ਕਰ ਕੀ ਸਕਦੇ ਹਾਂ ਤੇ ਦਿਲੋਂ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਇਹਨਾਂ ਸਾਰੇ ਆਰੋਪਾਂ ਨੂੰ ਨਕਾਰਦੇ ਕੁਝ ਦਿਨ ਪਹਿਲਾਂ ਸਵਰਨ ਬਰਨਾਲਾ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਹ ਇਹ ਸਾਰੇ ਆਰੋਪ ਝੂਠ ਹਨ ਅਤੇ ਉਹ ਸਲੀਨਾ ਨੂੰ ਬੜੇ ਪਿਆਰ ਨਾਲ ਰੱਖਦੇ ਸਨ ਅਤੇ ਉਸਦਾ ਸਾਰਾ ਖਰਚਾ ਵੀ ਉਹੀ ਕਰਦੇ ਸਨ ਉਸ ਤੋਂ ਬਾਅਦ ਅੱਜ ਸੁੱਖੀ ਬਲ ਨੇ ਵੀ ਔਨਲਾਈਨ ਹੋ ਕੇ ਸਲੀਨਾ ਸ਼ੈਲੀ ਦੇ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਸਲੀਨਾ ਦਾ ਕਰੈਕਟਰ ਵੀ ਠੀਕ ਨਹੀਂ ਇੰਟਰਵਿਊ ਦੇ ਵਿੱਚ ਸਲੀਨਾ ਕਹਿ ਰਹੀ ਹੈ ਕਿ ਮੇਰੇ ਤੋਂ NOC ਤੇ ਸਾਈਨ ਕਰਵਾਏ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ NOC ਅਤੇ ਕੰਟਰੈਕਟ ਇਹਦੇ ਵਿੱਚ ਫਰਕ ਹੁੰਦਾ ਅਤੇ ਅਸੀਂ ਕਿਸੇ NOC 'ਤੇ ਕੋਈ ਸਾਈਨ ਨਹੀਂ ਕਰਾਏ ਅਤੇ ਨਾ ਹੀ ਉਸ ਟਾਈਮ ਦੇ ਦੌਰਾਨ ਕਿਸੇ ਕੰਟਰੈਕਟ 'ਤੇ ਅਸੀਂ ਸਾਈਨ ਕਰਵਾਉਣ ਦੀ ਸਾਡੀ ਕੋਈ ਇੱਛਾ ਸੀਗੀ ਇਹਦੇ ਫਾਦਰ ਸਾਹਿਬ ਵੱਲੋਂ ਸਾਨੂੰ ਐਡਵਾਈਸ ਕੀਤਾ ਗਿਆ ਸੀਗਾ ਕਿ ਮੈਨੂੰ ਮੇਰੀ ਬੇਟੀ ਦਾ ਪਤਾ ਹੈਗਾ ਕਾਇੰਡਲੀ ਤੁਸੀਂ ਆਪਣਾ ਪੈਸਾ ਨਾ ਖਰਾਬ ਕਰਿਓ ਕੋਈ ਪੇਪਰ ਵਰਕ ਜ਼ਰੂਰ ਕਰ ਲਓ ਕਿਉਂਕਿ ਆਈ ਨਾ ਹੁਣ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਸੀ ਵੀ ਉਹ ਕਿਸ ਚੀਜ਼ ਦੀ ਗੱਲ ਕਰ ਰਹੇ ਨੇ ਕਿ ਇਹ ਬਦਲ ਜਾਊਗੀ ਜਾਂ ਇਹ ਬਦਲਦੀ ਆ ਉਹ ਕੀ ਇਹਨਾਂ ਚੀਜ਼ਾਂ ਦਾ ਸਾਨੂੰ ਕੋਈ ਕਿਆਸ ਨਹੀਂ ਸੀਗਾ ਬਟ ਉਹ ਜਿਹੜਾ ਅਸੀਂ ਕੰਟਰੈਕਟ ਕੀਤਾ ਇਹਦੇ ਫਾਦਰ ਦੇ ਕਹਿਣ 'ਤੇ ਕੀਤਾ ਸੋ 24 ਘੰਟੇ ਇੱਕੋ ਫੈਮਿਲੀ 'ਚੋਂ ਤੁਸੀਂ ਕੋਈ ਜੋਬ ਨਹੀਂ ਕਰ ਰਹੇ ਤੁਸੀਂ ਉਹਨਾਂ ਦਾ ਘਰ ਸਾਂਭ ਰਹੇ ਹੋ ਅਤੇ ਉੱਥੇ ਆਟੋਮੈਟਿਕਲੀ ਟਰੱਸਟ ਪੈ ਜੋਬ ਦੀ ਗੱਲ ਸੁਣ ਲਓ ਕਿ ਜੋਬ ਜਦੋਂ ਇਹ ਸਿਡਨੀ ਦੇ ਵਿੱਚ ਸੀਗੀ ਈਵਨ ਤੋਂ ਜਦੋਂ ਬ੍ਰਿਸਬਨ ਦੇ ਵਿੱਚ ਸੀ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਇਹਨੂੰ ਇਹੀ ਐਡਵਾਈਸ ਕੀਤਾ ਸੀਗਾ ਕਿ ਤੇਰੀ ਜੋਬ ਆਪਾਂ ਲਗਵਾ ਦਿੰਦੇ ਹਾਂ ਅਤੇ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਕਿਉਂਕਿ ਆਪਣੇ ਬਹੁਤ ਪੰਜਾਬੀ ਭਾਈਚਾਰਾ ਹੈਗਾ ਬ੍ਰਿਸਬਨ ਦੇ ਵਿੱਚ ਅਤੇ ਜੋਬ ਇਹਨੇ ਨਾ ਹੀ ਬ੍ਰਿਸਬਨ 'ਚ ਕੀਤੀ ਆ ਅਤੇ ਜਦੋਂ ਸਿਡਨੀ ਆਈ ਆ ਅਤੇ ਉਸ ਟਾਈਮ ਵੀ ਜੋਬ ਨਹੀਂ ਕੀਤੀ ਜਿੱਥੇ ਵੀ ਇਹਨੂੰ ਭੇਜਿਆ ਗਿਆ ਉੱਥੋਂ ਇਹਨੂੰ ਕੱਢਿਆ ਗਿਆ ਉਸਦਾ ਰੀਜ਼ਨ ਇਹ ਹੁੰਦਾ ਸੀਗਾ ਕਿ ਇਹ ਫੋਨ 'ਤੇ ਹਮੇਸ਼ਾ ਹੁੰਦੀ ਸੀਗੀ ਤੇ ਇਟਸ ਲਾਈਕ ਐਵਰੀ ਟਾਈਮ ਬਿਜ਼ੀ ਔਨ ਫੋਨ ਉਹ ਤੋਂ ਬਾਅਦ ਉਸ ਟਾਈਮ ਪੀਰੀਅਡ ਦੇ ਵਿੱਚ ਮਤਲਬ ਉਹ ਨਾ ਬਹੁਤ ਜ਼ਿਆਦਾ ਹੱਕ ਜਤਾਉਂਦੇ ਸੀਗੇ ਆਪਦਾ ਬਹੁਤ ਹੀ ਜ਼ਿਆਦਾ ਵੀ ਮੇਰੇ ਪਰਸਨਲ ਲਾਈਫ 'ਤੇ ਇੰਟਰਫੇਅਰ ਕਰਨਾ ਨਾ ਤੂੰ ਕਿੱਥੇ ਜਾ ਇੱਕ ਕੁੜੀ ਤੁਹਾਡੇ ਘਰ ਦੇ ਵਿੱਚ ਆ ਜਾਂਦੀ ਹੈ ਇੱਕ ਕੁੜੀ ਤੁਹਾਨੂੰ ਮਾਂ ਬਾਪ ਕਹਿੰਦੀ ਹੈ ਇੱਕ ਕੁੜੀ ਤੁਹਾਨੂੰ ਸਾਰੇ ਹੱਕ ਦਿੰਦੀ ਹੈ ਕਿ ਤੁਸੀਂ ਮੇਰੇ ਮਾਂ ਬਾਪ ਹੋ ਤੁਸੀਂ ਮੈਨੂੰ ਗਾਈਡ ਕਰਨਾ ਤੁਸੀਂ ਮੈਨੂੰ ਦੱਸੋ ਤੁਸੀਂ ਮੈਨੂੰ ਰੋਕੋ ਟੋਕੋ ਜਿੱਥੇ ਮੈਂ ਗਲਤ ਹੋਵਾਂ ਤਾਂ ਤੁਸੀਂ ਆਪ ਸਿਆਣੇ ਹੋ ਕਿ ਉੱਥੇ ਤਾਂ ਕੋਈ ਵੀ ਬੰਦਾ ਹੋਵੇ ਉਹਨੂੰ ਹੁੰਦਾ ਹੀ ਆ ਕਿ ਇੱਕ ਮੈਨੂੰ ਇੱਕ ਹੱਕ ਮਿਲਿਆ ਕਿ ਮੈਂ ਉਹਨੂੰ ਸਹੀ ਗਾਈਡ ਕਰਾਂ ਜਾਂ ਸਹੀ ਉਹਨੂੰ ਰਸਤਾ ਦਿਖਾਵਾਂ ਸੋ ਅਸੀਂ ਸਿਰਫ ਉਹ ਚੀਜ਼ ਕੀਤੀ ਅਤੇ ਉਸ ਤੋਂ ਬਾਅਦ ਇਹ ਗੱਲ ਕਰਦੀ ਹੈ ਪਰਸਨਲ ਲਾਈਫ ਦੀ ਅਤੇ ਸਾਨੂੰ ਨਹੀਂ ਪਤਾ ਇਹਦੀ ਪਰਸਨਲ ਲਾਈਫ ਇਹ ਕਿਸ ਚੀਜ਼ ਨੂੰ ਕਹਿ ਰਹੀ ਆ ਅਤੇ ਸਾਡੀ ਦਖਲ ਅੰਦਾਜ਼ੀ ਕਿਸ ਲੈਵਲ 'ਤੇ ਕਿਸ ਤਰੀਕੇ ਨਾਲ ਸੀਗੀ ਇਹਦੇ ਬਾਰੇ ਸਾਨੂੰ ਕੋਈ ਕਲੂ ਨਹੀਂ ਹੈਗਾ ਕਿ ਇਹਦੀ ਕਿਹੜੀ ਪਰਸਨਲ ਲਾਈਫ ਸੀਗੀ ਵੀ ਡੋਂਟ ਨੋ ਐਨੀਥਿੰਗ ਅਬਾਊਟ ਮੈਂ ਕਹੀ ਠੀਕ ਆ ਚਲੋ ਹੋਇਆ ਗਾਣਾ ਆਇਆ ਜੀ ਉਹ ਤੋਂ ਬਾਅਦ ਉਸ ਟਾਈਮ ਪੀਰੀਅਡ ਦੇ ਵਿੱਚ ਮਤਲਬ ਉਹ ਨਾ ਬਹੁਤ ਜ਼ਿਆਦਾ ਹੱਕ ਜਤਾਉਂਦੇ ਸੀਗੇ ਆਪਦਾ ਬਹੁਤ ਹੀ ਜ਼ਿਆਦਾ ਵੀ ਮੇਰੇ ਪਰਸਨਲ ਲਾਈਫ 'ਚ ਇੰਟਰਫੇਅਰ ਕਰਨਾ ਨਾ ਸਲੀਨਾ ਗੱਲ ਕਰ ਰਹੀ ਹੈ ਜੀ ਪਰਸਨਲ ਲਾਈਫ ਦੀ ਮੈਂ ਤੁਹਾਨੂੰ ਦੱਸਵਾਂ ਕਿ ਪਰਸਨਲ ਲਾਈਫ ਬਾਰੇ ਸਵਰਨ ਨੂੰ ਇਹਦੇ ਫਾਦਰ ਸਾਹਿਬ ਨੇ ਇਹਦੇ ਮਦਰ ਨੇ ਉਹਨਾਂ ਨੇ ਸਪੈਸ਼ਲੀ ਕੁਛ ਰਿਕੁਐਸਟ ਕੀਤੀਆਂ ਸੀਗੀਆਂ ਕਿ ਫਲਾਣੇ ਫਲਾਣੇ ਬੰਦੇ ਆਸਟ੍ਰੇਲੀਆ ਦੇ ਵਿੱਚ ਨੇ ਕਿ ਜਿਹੜਾ ਜਿਨ੍ਹਾਂ ਦਾ ਇਸ ਕੁੜੀ ਦੇ ਨਾਲ ਕੰਟੈਕਟ ਨਾ ਹੋਵੇ ਤਾਂ ਇਹਦੀ ਜ਼ਿੰਦਗੀ ਬਚ ਜੂਗੀ ਤਾਂ ਇਹਦੀ ਜ਼ਿੰਦਗੀ ਸਹੀ ਉਹਦੇ 'ਤੇ ਚੱਲੂਗੀ ਇਹਦੀ ਸਿੰਗਿੰਗ ਵੀ ਵਧੀਆ ਚੱਲ ਸਕਦੀ ਹੈ
ਤੇ ਜੇ ਉਹਨਾਂ ਲੋਕਾਂ ਦੇ ਇਹ ਕੰਟੈਕਟ ਨਾ ਆਵੇ। ਤੇ ਜਦੋਂ ਕੋਈ ਤੁਹਾਨੂੰ ਕੋਈ ਤੁਹਾਨੂੰ ਕਿਸੇ ਦਾ ਪੇਰੈਂਟ ਇਹ ਤੁਹਾਨੂੰ ਕਹਿ ਰਿਹਾ ਕਿ ਵੀ ਸਾਡੀ ਕੁੜੀ ਨੂੰ ਇਹਨਾਂ ਚੀਜ਼ਾਂ ਤੋਂ ਬਚਾਓ, ਤਾਂ ਉਹ ਫਰਜ਼ ਅਸੀਂ ਨਿਭਾਇਆ ਕਿ ਉਹਨਾਂ ਚੀਜ਼ਾਂ ਤੋਂ ਅਸੀਂ ਰੋਕਿਆ। ਸੋ ਦੈਟਸ ਵਟ ਵੀ ਡਿਡ ਇਨ ਹਰ ਪਰਸਨਲ ਲਾਈਫ। ਅਦਰਵਾਈਜ਼ ਅਦਰ ਦੈਨ ਦੈਟ ਇਹਦੀ ਕੀ ਪਰਸਨਲ ਲਾਈਫ ਆ, ਵੀ ਡੋਂਟ ਨੋ, ਕਿਉਂਕਿ ਕਿਸੇ ਦੀ ਪਰਸਨਲ ਲਾਈਫ ਬਾਰੇ ਕੋਈ ਵੀ ਨਹੀਂ ਜਾਣਦਾ। ਔਰ ਇੰਟਰਫੇਅਰ, ਤੁਸੀਂ ਮੈਂ ਇੱਕ ਇੰਡੀਪੈਂਡੈਂਟ ਕੰਟਰੀ ਦੇ ਵਿੱਚ ਰਹਿ ਰਹੀ ਹਾਂ, ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹਾਂ, ਪ੍ਰੋਬੇਬਲੀ ਮੈਨੂੰ ਮੈਂ ਇਹਨਾਂ ਚੀਜ਼ਾਂ ਨੂੰ ਤੋਂ ਵੱਧ ਜਾਣੂਗਾ ਕਿ ਕਿਸੇ ਦੀ ਪਰਸਨਲ ਲਾਈਫ 'ਚ ਤੁਸੀਂ ਕਿਸ ਲੈਵਲ 'ਤੇ ਕਿਸ ਤਰੀਕੇ ਨਾਲ ਤੁਸੀਂ ਐਂਟਰ ਕਰ ਸਕਦੇ ਹੋ। ਸੋ ਵਿਚ ਇਜ਼ ਦਿਸ ਇਜ਼ ਜਸਟ ਬੁਲਸ਼ਿਟ। ਮੈਂ ਘਰੇ ਰਹਿ ਰਹੀ ਹਾਂ, ਥੋੜ੍ਹੀ ਫਰਸਟ੍ਰੇਸ਼ਨ ਵੱਧ ਜਾਂਦੀ ਹੈ, ਤੁਸੀਂ ਕਿਤੇ ਜਾ ਨਹੀਂ ਰਹੇ, ਤੁਸੀਂ ਤੁਹਾਡੇ ਫੋਨ 'ਤੇ ਵੀ ਨਿਗਾਹ ਰੱਖੀ ਜਾ ਰਹੀ ਹੈ। ਉਹਦੀ ਵਾਈਫ ਨੇ ਮੇਰੇ ਹੱਥ ਚੱਕਿਆ। ਪਹਿਲੀ ਗੱਲ ਤਾਂ ਜੀ, ਮੈਂ ਫੁੱਲ ਟਾਈਮ ਵਰਕਰ ਹਾਂ, ਸਵਰਨ ਫੁੱਲ ਟਾਈਮ ਵਰਕਰ ਨੇ, ਅਤੇ ਤੁਹਾਡੇ ਫੋਨ 'ਤੇ ਨਿਗਾਹ ਕਿਵੇਂ ਰੱਖੀ ਜਾ ਰਹੀ ਆ, ਆਈ ਹੈਵ ਨੋ ਕਲੂ ਅਬਾਊਟ ਦੈਟ। ਨੌਨਸੈਂਸ ਗੱਲਾਂ ਤੁਸੀਂ ਕਿੰਨੀਆਂ ਮਰਜ਼ੀ ਕਰ ਲਓ, ਉਹਨਾਂ ਦਾ ਕੋਈ ਸਿਰਮੂੰਹ ਨਹੀਂ ਹੈਗਾ। ਅੱਗੇ ਸੁਣਦੇ ਆ ਕੀ ਕਹਿੰਦੀ ਹੈ। ਪਹਿਲੀ ਵਾਰੀ ਚੱਕਿਆ ਤਾਂ ਮੈਂ, ਮਤਲਬ ਮੈਨੂੰ ਇਹ ਸੀ ਵੀ ਚੱਲ ਮੇਰੀ ਮਾਂ ਵਰਗੀ ਆ ਨਾ, ਵੀ ਹੋ ਜਾਂਦਾ, ਮੇਰੀ ਮੰਮੀ ਹੁੰਦੇ ਉਹ ਵੀ ਮਾਰ ਦਿੰਦੇ। ਅਤੇ ਜਦੋਂ ਇਹ ਸਰਾਸਰ ਝੂਠੇ ਕਹਿ ਰਹੀ ਆ ਕਿ ਹੱਥ ਚੱਕਿਆ, ਹੱਥ ਚੱਕਣ ਦਾ ਮਤਲਬ ਆਸਟ੍ਰੇਲੀਆ ਦੇ ਵਿੱਚ ਦਿਸ ਇਜ਼ ਦਾ ਇਟਸ ਬਿਗੇਸਟ ਕ੍ਰਾਈਮ। ਔਰ ਮੈਂ ਕੰਮ ਕਰ ਰਹੀ ਹਾਂ ਪ੍ਰਿਜ਼ਨ ਦੇ ਵਿੱਚ, ਮੈਂ ਕੰਮ ਕਰ ਰਹੀ ਹਾਂ ਐਜ਼ ਅ ਪ੍ਰਿਜ਼ਨ ਆਫਿਸਰ, ਤਾਂ ਮੈਨੂੰ ਮੇਰੇ ਇੱਥੋਂ ਦੇ ਰਾਈਟਸ, ਰਿਸਪੋਂਸੀਬਿਲਿਟੀਜ਼ ਅਤੇ ਡਿਊਟੀਜ਼ ਬਹੁਤ ਚੰਗੀ ਤਰ੍ਹਾਂ ਪਤਾ ਨੇ। ਕਿਸੇ ਦੇ ਬੋਲਣ ਨਾਲ ਉਹ ਚੀਜ਼ ਸੱਚ ਨਹੀਂ ਹੋ ਜਾਂਦੀ। ਮੈਂ ਇੱਕ ਆਰਟਿਸਟ ਹਾਂ, ਮੈਂ ਤੁਹਾਨੂੰ ਰੋ ਰੋ ਕੇ, ਇਹਨਾਂ ਨੇ ਤਾਂ ਮਿਊਜ਼ਿਕ ਲਾਇਆ, ਮੈਂ ਤੁਹਾਨੂੰ ਵਿਦਾਊਟ ਮਿਊਜ਼ਿਕ ਹੀ ਰੋਣ ਲੱਗ ਦੂੰਗੀ, ਆਈ ਕੈਨ ਡੂ ਦੈਟ, ਬਟ ਨਹੀਂ, ਪਰ ਮੇਰੇ ਕੋਲ ਝੂਠ ਨਹੀਂ ਹੈਗਾ। ਸੋ ਇਹ ਬਿਲਕੁਲ ਬਿਲਕੁਲ ਹੀ ਗਲਤ ਗੱਲ ਹੈ ਅਤੇ ਇਹ ਝੂਠੀ ਗੱਲ ਹੈ। ਦੂਜੀ ਵਾਰੀ ਇਹ ਚੀਜ਼ ਰਿਪੀਟ ਹੋਈ, ਉਦੋਂ ਬਹੁਤ ਜ਼ਿਆਦਾ ਹੋਇਆ, ਮਤਲਬ ਇੰਨੇ ਕੁ ਧੱਕਾ ਮੁੱਕੀ ਹੋਈ ਵੀ ਮੈਂ, ਮੇਰੇ ਸੱਟਾਂ ਬਹੁਤ ਵੱਜੀਆਂ ਸੀ, ਅਤੇ ਉਸ ਦਿਨ ਮੈਂ ਇਹਨਾਂ ਦੇ ਘਰੋਂ ਭੱਜ ਕੇ ਪੁਲਿਸ ਸਟੇਸ਼ਨ ਤੱਕ ਗਈ। ਫਿਰ ਇਹਨਾਂ ਨੇ ਉੱਥੇ ਮਤਲਬ ਮੈਨੂੰ ਪਿਆਰ ਨਾਲ ਫੇਰ ਲਿਆਂਦਾ ਵੀ ਨਹੀਂ ਨਹੀਂ ਤੂੰ ਸਾਡੇ ਘਰ ਦੀ ਕੁੜੀ ਆ, ਘਰ ਦੀ ਇੱਜ਼ਤ ਖਰਾਬ ਹੋ ਜੂਗੀ, ਚੱਲ ਜੋ ਹੋ ਗਿਆ। ਬੇਸਿਕਲੀ ਉਹਦੀ ਵਾਈਫ ਦਾ ਨਹੀਂ ਸੀ ਵਧੀਆ ਮੇਰੇ ਨਾਲ। ਇਹਨੂੰ ਜੀ ਪੁੱਛਣ ਵਾਲਾ ਹੋਵੇ, ਇਹ ਵੀ ਚੰਗੀ ਤਰ੍ਹਾਂ ਪੜ੍ਹੀ ਲਿਖੀ ਕੁੜੀ ਹੈਗੀ ਆ, ਤੁਸੀਂ ਵੀ ਸਾਰੇ ਸਿਆਣੇ ਹੋ, ਕਿ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਤੂੰ ਰਹਿ ਰਹੀ ਆ, ਇਹ ਇੰਡੀਆ ਨਹੀਂ ਹੈਗਾ ਕਿ ਤੈਨੂੰ ਥਾਣੇ ਦੇ ਵਿੱਚ ਭੱਜ ਕੇ ਜਾਣਾ ਪਵੇ। ਤੇਰੇ ਕੋਲ ਫੋਨ ਹੈ 24 ਆਵਰ, ਇੱਥੇ ਛੋਟੇ ਛੋਟੇ ਬੱਚੇ ਨੂੰ ਵੀ ਪਤਾ ਕਿ ਪੁਲਿਸ ਨੂੰ ਕਿੱਦਾਂ ਨੰਬਰ ਡਾਇਲ ਕਰਨਾ, ਅਤੇ ਤੈਨੂੰ ਕੁਛ ਨਹੀਂ ਕਰਨਾ ਪੈਣਾ, ਜਸਟ 000, ਦਿਸ ਇਜ਼ ਦ ਵੈਰੀ ਬੇਸਿਕ ਥਿੰਗ ਇਨ ਆਸਟ੍ਰੇਲੀਆ। ਤਾਂ ਇਹ ਕਿਸ ਜ਼ਮਾਨੇ ਦੀਆਂ ਗੱਲਾਂ ਕਰ ਰਹੀ ਆ, ਕਿਹੜੀ ਗੱਲ ਕਰ ਰਹੀ ਆ, ਇਹ ਬਿਲਕੁਲ ਝੂਠੀ ਗੱਲ ਕਰ ਰਹੀ ਆ। ਕੌਣ ਇੱਥੇ ਕੌਣ ਭੱਜ ਕੇ ਕਿੱਥੇ ਜਾਂਦਾ, ਲੋੜ ਹੀ ਨਹੀਂ ਤੁਹਾਨੂੰ ਭੱਜ ਕੇ ਜਾਣ ਦੀ, ਤੁਹਾਨੂੰ ਪੁਲਿਸ ਸਟੇਸ਼ਨ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ, ਜਸਟ ਡਾਇਲ ਨੰਬਰ, ਦੈਟਸ ਇਟ। ਉਹ ਮਨਾ ਲੈਂਦਾ ਸੀ, ਉਹਨੂੰ ਹੁੰਦਾ ਸੀ ਵੀ ਚੱਲ ਕੋਈ ਨੀ, ਵੀ ਪੁੱਤ ਮਰ ਕੇ ਫਿਰ ਕੀ ਆ, ਮੇਰੀ ਕੁੜੀ ਨੀ, ਉਹ ਤਾਂ ਹੈ ਜਿਹੇ ਦੀ ਹੈਗੀ, ਹੈ ਨਾ, ਏਦਾਂ ਕਰਕੇ ਚੱਲਦਾ ਰਿਹਾ। ਮਤਲਬ ਇਹ ਇੱਕ ਸਲੀਕੇ ਵਾਲੀ ਕੁੜੀ ਦੀਆਂ ਨਿਸ਼ਾਨੀਆਂ ਨੇ ਕਿ ਤੁਸੀਂ ਆਪ ਤੋਂ ਵੱਡੇ ਨੂੰ ਕਿਵੇਂ ਬੋਲਣਾ ਹੈਗਾ। ਉਹ ਤਾਂ ਜਾਂਦੀ ਆ ਜਾਵੇ, ਉਹ ਤਾਂ ਕਹਿੰਦਾ, ਅਤੇ ਮੇਰੇ ਪਰਿਵਾਰ ਨੇ ਮੈਨੂੰ ਇਸ ਤਰੀਕੇ ਦੀਆਂ ਬਿਲਕੁਲ ਨਹੀਂ ਸਿਖਾਈਆਂ, ਅਤੇ ਕੋਈ ਜਿਹੜਾ ਮੇਰੇ ਸੰਪਰਕ ਦੇ ਵਿੱਚ ਆਊਗਾ ਅਤੇ ਮੈਂ ਵੀ ਨਹੀਂ ਚਾਹਾਂਗੀ ਕਿ ਉਹ ਇਹੋ ਜਿਹੀਆਂ ਚੀਜ਼ਾਂ ਸਿੱਖੇ। ਤਾਂ ਇਹੋ ਜਿਹੀਆਂ ਚੀਜ਼ਾਂ ਅਸੀਂ ਤਾਂ ਨਾ ਹੀ ਕਿਤੇ ਪੜ੍ਹੀਆਂ ਨੇ, ਲਿਖੀਆਂ ਨੇ, ਅਤੇ ਨਾ ਹੀ ਕਦੇ ਆਪਣੀ ਜ਼ਹਿਨ ਦੇ ਵਿੱਚ ਇਹੋ ਚੀਜ਼ਾਂ ਨੂੰ ਬਣਾਇਆ ਹੈਗਾ। ਤਾਂ ਆਰਟਿਸਟ ਨੂੰ ਵੀ ਮਿਲਦੇ ਹੋਗੇ ਪੰਜਾਬੀ, ਤਾਂ ਕਿਸੇ ਆਰਟਿਸਟ ਨੂੰ ਤੁਸੀਂ ਅਪਰੋਚ ਨਹੀਂ ਕੀਤਾ ਕਿ ਮੇਰੇ ਨਾਲ ਇੰਨਾ ਜ਼ਿਆਦਾ ਧੱਕਾ ਹੋ ਕੀਤਾ ਜਾ ਰਿਹਾ ਇਸ ਦੇ ਵਿੱਚ, ਅਤੇ ਤੁਸੀਂ ਮੇਰੀ ਹੈਲਪ ਕਰੋ, ਹੈਲਪ ਨਹੀਂ ਮੰਗੀ ਤੁਸੀਂ ਕਿਸੇ? ਹੈਲਪ ਮੰਗੀ ਸੀ ਜੀ ਇੱਕ ਵਾਰੀ, ਸਾਡਾ ਇਹਨਾਂ ਨੇ ਇੱਕ ਸ਼ੋਅ ਕਰਾਇਆ ਸੀ ਔਜ਼ਮ ਫੈਸਟ, ਜਿਹਦੇ 'ਚ ਕਿ ਮੈਨੂੰ ਹੀ ਲਾਂਚ ਕਰਨਾ ਸੀਗਾ, ਅਤੇ ਉਦੋਂ ਪਾਕਿਸਤਾਨੀ ਜਿਹੜੇ ਆਪਣੇ ਸਿੰਗਰ ਨੇ ਸਾਈਂ ਜ਼ਫੂਰ ਜੀ, ਸੁਣ ਲਓ ਜੀ, ਸਲੀਨਾ ਨੂੰ PWE ਨੇ, ਸਵਰਨ ਬਰਨਾਲਾ ਨੇ ਲਾਂਚ ਕਰਨਾ ਸੀਗਾ, ਅਤੇ ਸਾਡਾ ਹੀ ਇੱਕ ਸ਼ੋਅ ਕਰਾਇਆ ਸੀਗਾ, ਉਹ PWE ਨੇ ਉਹ ਸ਼ੋਅ ਕਰਾਇਆ, ਅਤੇ ਬਿਲਕੁਲ ਸੱਚ ਗੱਲ ਹੈ ਕਿ ਸਲੀਨਾ ਸ਼ੈਲੀ ਨੂੰ ਲਾਂਚ ਕਰਨ ਲਈ ਉਹ ਸ਼ੋਅ ਕਰਾਇਆ ਸੀਗਾ। ਅਤੇ ਉੱਥੇ ਇਹ ਉਸ ਸਮੇਂ ਦੇ ਦੌਰਾਨ, ਮੈਨੂੰ ਵੀ ਪਤਾ ਹੈਗਾ ਇਹ ਕਿ ਇਸ ਸਮੇਂ ਦੀ ਗੱਲ ਕਰਦੀ ਹੈ, ਉਸ ਸਮੇਂ ਦੇ ਵਿੱਚ ਉਹ ਐਡਾ ਵੱਡਾ ਸ਼ੋਅ ਔਰਗਨਾਈਜ਼ ਕੀਤਾ ਗਿਆ, ਅਤੇ ਇਹਦੇ ਗਾਣਿਆਂ 'ਤੇ ਕੰਮ ਸ਼ੁਰੂ ਹੋ ਚੁੱਕਿਆ ਸੀਗਾ, ਅਤੇ ਇਹਦੀਆਂ ਡੰਮੀਆਂ ਬਣਨੀਆਂ ਸ਼ੁਰੂ ਹੋ ਗਈਆਂ ਸੀਗੀਆਂ, ਗਾਣਿਆਂ ਦੀ ਸਿਲੈਕਸ਼ਨ ਸ਼ੁਰੂ ਹੋ ਗਈ ਸੀਗੀ, ਅਤੇ ਉਸ ਟਾਈਮ ਇਹ ਕਿਸ ਡਿਸਪਿਊਟ ਦੀ ਗੱਲ ਕਰ ਰਹੀ ਹੈ, ਬਿਲਕੁਲ ਸਮਝ ਤੋਂ ਬਾਹਰ ਹੈ।
ਕਿ ਜਦੋਂ ਕਿਸੇ ਦੀ ਬੰਦੇ ਦੀ ਜ਼ਿੰਦਗੀ ਬਣਨੀ ਸ਼ੁਰੂ ਹੁੰਦੀ ਆ, ਹੈ ਨਾ, ਲਾਈਫ ਸਟਾਰਟ ਹੋ ਰਹੀ ਆ, ਤਾਂ ਉਸ ਟਾਈਮ ਤੁਸੀਂ ਇਹ ਕਿਸ ਡਿਸਪਿਊਟ ਦੀਆਂ ਗੱਲਾਂ ਕਰ ਰਹੇ ਹੋ? ਅਤੇ ਇਹ ਬਿਲਕੁਲ ਬਿਲਕੁਲ ਹੀ ਸਰਾਸਰ ਝੂਠੀ ਗੱਲ ਹੈਗੀ ਆ ਕਿ ਅੱਗੇ ਇਹ ਮਾਸ਼ਾ ਅਲੀ ਦਾ ਨਾਂ ਲੈ ਰਹੀ ਆ, ਸਾਈਂ ਜ਼ਹੂਰ ਜੀ ਦਾ ਨਾਂ ਲੈ ਰਹੀ ਆ। ਮਾਸ਼ਾ ਅਲੀ ਜਦੋਂ ਉਹ ਆਏ ਸੀਗੇ ਤਾਂ ਉਸ ਟਾਈਮ ਇਸ ਤਰੀਕੇ ਦੀਆਂ ਕੋਈ ਵੀ ਉਹ ਹੈ ਨਹੀਂ ਸੀਗੀਆਂ। ਅਤੇ ਇੱਕ ਤਰਫ ਤੋਂ ਤੁਸੀਂ ਉਹ ਸਾਰੀਆਂ ਫੋਟੋਜ਼ ਦੇਖ ਸਕਦੇ ਹੋ, ਤੁਸੀਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਅਸੀਂ ਇਸ ਕੁੜੀ ਨੂੰ ਲਾਂਚ ਕੀਤਾ ਸੀਗਾ। ਤਾਂ ਉਹ ਜੇ ਇਹਨੂੰ ਕੋਈ ਵੀ ਇਸ ਤਰੀਕੇ ਦਾ ਹੋ ਰਿਹਾ ਸੀ ਤਾਂ ਇਹਦੇ ਫੇਸ 'ਤੇ ਉਹ ਝਲਕ ਕਿਉਂ ਨਹੀਂ ਆਈ ਉਸ ਸਮੇਂ ਦੇ ਦੌਰਾਨ, ਜਾਂ ਉਸ ਸਮੇਂ ਦੇ ਦੌਰਾਨ ਇਹ ਉਹ ਕਿਉਂ ਨਹੀਂ ਬੋਲੀ? ਉਸ ਤੋਂ ਬਾਅਦ ਇਹ 3 ਵਾਰ ਇੰਡੀਆ 'ਚ ਗਈ ਆ, ਉਹ 3 ਟਾਈਮ ਦੇ ਵਿੱਚ ਉੱਥੇ ਜਾ ਕੇ ਇਹ ਕਿਉਂ ਨਹੀਂ ਬੋਲੀ ਕਿ ਮੇਰੀ ਮਾਰ ਕੁਟਾਈ ਹੋ ਰਹੀ ਆ ਜਾਂ ਮੇਰੇ 'ਤੇ ਤਸ਼ੱਦਦ ਕੀਤਾ ਜਾ ਰਿਹਾ? ਅਤੇ ਉਸ ਟਾਈਮ ਵੀ ਉੱਥੇ ਰਹਿ ਸਕਦੀ ਸੀ, ਉਸ ਟਾਈਮ ਹੀ ਵੀ ਇਹ ਸਾਡੇ 'ਤੇ ਮੇਰੇ 'ਤੇ ਸਵਰਨ 'ਤੇ ਕੰਪਲੇਂਟ ਜਿਹੜੀ ਹੈਗੀ ਆ ਉਹ ਫਾਈਲ ਕਰ ਸਕਦੀ ਸੀ। ਕਿਉਂ ਉਸ ਟਾਈਮ ਕਿਉਂ ਨਹੀਂ ਕੀਤਾ ਜਦੋਂ ਤੁਹਾਡੇ 'ਤੇ ਇੰਨਾ ਕੁਛ ਹੋ ਰਿਹਾ ਸੀਗਾ? ਅਤੇ ਅੱਜ ਜਦੋਂ ਤੁਸੀਂ ਕਿਸੇ ਦੇ ਉੱਤੇ ਕਿਚੜ ਉਛਾਲਣਾ ਹੈਗਾ, ਕਿਸੇ ਦੀ ਇੱਜ਼ਤ ਨੂੰ ਖਰਾਬ ਕਰਨਾ ਹੈਗਾ, ਤਾਂ ਤੁਸੀਂ ਕੁਛ ਵੀ ਬੋਲ ਦਿਓ, ਉਹ ਜਾਇਜ਼ ਆ? ਮੈਨੂੰ ਨਹੀਂ। ਉਹ ਆਏ ਹੋਏ ਸੀਗੇ ਤੇ ਮਾਸ਼ਾ ਅਲੀ ਆਪਣੇ ਪੰਜਾਬ ਤੋਂ, ਤੇ ਇਹ ਸਾਰੇ ਉੱਥੇ ਆਏ ਹੋਏ ਸੀਗੇ। ਤੇ ਉਹ ਟਾਈਮ ਪੀਰੀਅਡ ਦੇ ਵਿੱਚ ਮਤਲਬ ਸਾਡੀ ਆਲਰੇਡੀ ਚੱਲ ਰਹੀ ਸੀਗੀ ਫਾਈਟ, ਤੇ ਉਸੇ ਟਾਈਮ ਉਹਦੀ ਵਾਈਫ ਨੇ ਪਹਿਲੀ ਵਾਰੀ ਹੱਥ ਚੱਕਿਆ ਸੀ ਮੇਰੇ ਤੇ, ਤੇ ਮਾਸ਼ਾ ਸਾਡੇ ਘਰੇ ਪ੍ਰੈਜੈਂਟ ਸੀਗਾ। ਉਹਨੂੰ ਬਿਠਾ ਕੇ ਬਕਾਇਦਾ ਗੱਲਾਂ ਕੀਤੀਆਂ ਗਈਆਂ ਨੇ ਵੀ ਬਾਈ ਬਣ ਕੇ ਕਢਾ ਦੇ ਇਹਦੇ ਚੋਂ, ਵੀ ਮੈਂ ਇੱਥੋਂ ਦੁਖੀ ਹਾਂ, ਹੈ ਨਾ। ਮੈਨੂੰ ਨਹੀਂ ਸਮਝ ਆਉਂਦਾ ਜਿਵੇਂ ਪਹਿਲਾਂ ਮੈਂ ਗੱਲ ਕਰ ਚੁੱਕੀ ਹਾਂ ਵੀ ਕਿਸ ਚੀਜ਼ ਤੋਂ ਕਢਾ ਦੇ, ਐਡਾ ਵੱਡਾ ਫੈਸਟੀਵਲ ਤੁਹਾਡੇ ਲਈ ਔਰਗਨਾਈਜ਼ ਹੋ ਰਿਹਾ, ਐਡੇ ਵੱਡੇ ਲੈਵਲ 'ਤੇ ਤੁਹਾਡੇ ਲਈ ਇੱਕ ਰਸਮ ਕੀਤੀ ਜਾ ਰਹੀ ਹੈ ਜਿਹੜੀ ਕਿ ਸ਼ਗਿਰਦੀ ਦੀ ਰਸਮ ਹੈ। ਮੈਨੂੰ ਲੱਗਦਾ ਪੰਜਾਬ ਦੇ ਬਹੁਤ ਘੱਟ ਕਲਾਕਾਰ ਹੋਣਗੇ ਜਿਨ੍ਹਾਂ ਨੇ ਐਕਚੁਅਲ ਦੇ ਵਿੱਚ ਉਸ ਰਸਮ ਨੂੰ ਅਦਾ ਕੀਤਾ ਹੈਗਾ, ਉਸ ਰਸਮ ਨੂੰ ਨਿਭਾਇਆ ਹੈਗਾ। ਅਤੇ ਇਹ ਬਿਲਕੁਲ ਮਨਘੜਤ ਕਹਾਣੀਆਂ ਜਿਹੜੀਆਂ ਨੇ ਉਹ ਘੜੀਆਂ ਨੇ। ਇਹ ਬਹੁਤ ਬਹੁਤ ਹੀ ਇੱਕ ਬੜੀ ਨਾ ਸੋਹਣੀ ਜਿਹੀ ਸਕ੍ਰਿਪਟ ਤਿਆਰ ਕੀਤੀ ਹੋਈ ਹੈ। ਮੈਂ ਤਾਂ ਅਨਸਕ੍ਰਿਪਟਡ ਬੋਲ ਰਹੀ ਹਾਂ, ਪਰ ਦਿਸ ਇਜ਼ ਵੈਰੀ ਗੁੱਡ ਸਕ੍ਰਿਪਟ ਕਿ ਮਤਲਬ ਕਿੱਥੋਂ ਤੋਂ ਤੁਸੀਂ ਮਤਲਬ 2015 ਤੋਂ ਤੁਸੀਂ 14 'ਤੇ ਚਲੇ ਗਏ, 14 ਤੋਂ 15 ਮਤਲਬ ਕਿੱਧਰ ਤੁਸੀਂ ਜਾ ਰਹੇ ਹੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਹੈਗਾ। ਇਹ 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 ਮਤਲਬ ਗੱਲ ਕਰ ਰਹੀ ਹੈਗੀ 2014 ਦੀ, ਜਦੋਂ ਕਿ ਇਸ ਕੁੜੀ ਨੂੰ ਇਹਦੀ ਜਦੋਂ ਲਾਂਚਿੰਗ ਸੀਗੀ ਅਤੇ ਸਾਰਾ ਕੁਛ ਮਤਲਬ ਨੜਤੇ ਪਿਆ ਹੈਗਾ, ਵੀਡੀਓਜ਼ ਪਈਆਂ ਹੈਗੀਆਂ ਨੇ। ਸਾਈਂ ਜ਼ਹੂਰ ਜੀ ਨੂੰ ਅਸੀਂ ਪਾਕਿਸਤਾਨ ਤੋਂ ਬਕਾਇਦਾ ਉੱਥੋਂ ਇਨਵੀਟੇਸ਼ਨ ਦੇ ਕੇ ਬੁਲਾਇਆ ਸੀਗਾ, ਅਤੇ ਰਸਮ ਅਸੀਂ ਕੀਤੀ ਸੀਗੀ ਜਿਹੜੀ ਸ਼ਗਿਰਦੀ ਦੀ ਹੈਗੀ ਹੈ। ਅਤੇ ਉਸ ਟਾਈਮ ਉਹਨਾਂ ਨੂੰ ਅਸੀਂ ਸੋਨੇ ਦਾ ਕੜਾ ਪਾਇਆ ਸੀ ਇਸ ਕੁੜੀ ਦੇ ਲਈ। ਸ਼ੀ ਇਜ਼ ਨੋਟ ਮੈਂਸ਼ਨਿੰਗ ਐਨੀਵੇਅਰ ਵਟ ਵੀ ਡਿਡ। We spend our money, we spend our time, we spend our energy. That's what, ਇਹਦੇ ਕਰਕੇ ਅਸੀਂ ਮਤਲਬ ਅੱਜ ਮੈਂ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਕਰ ਰਹੀ ਹਾਂ, ਕਿਉਂਕਿ ਅਸੀਂ ਆਪਣੇ ਖੂਨ ਪਸੀਨੇ ਦੀ ਮਿਹਨਤ, ਆਪਣੇ ਖੂਨ ਪਸੀਨੇ ਦੀ ਕਮਾਈ ਲਾਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦਰਸ਼ਕੋ, ਤੁਹਾਨੂੰ ਕੀ ਲੱਗਦਾ ਹੈ ਕਿ ਸਲੀਨਾ ਝੂਠ ਬੋਲਦੀ ਹੈ ਜਾਂ ਨਹੀਂ? ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਖਬਰ ਵਿੱਚ ਇੰਨਾ ਹੀ। ਹੋਰ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਤੁਹਾਡੇ ਆਪਣੇ ਨਿਊਜ਼ ਲਾਈਨ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤੁਹਾਡਾ ਇਹਦਾ ਦਿਨ ਸ਼ੁਭ ਰਹੇ। ਧੰਨਵਾਦ।